रहीम अस्सलाम वालेकुम, मैं जिम्स सिद्धू ते फाइनली फ्रेंड लैक्सी जाना अज ही जाए जीप रैली जी पहुँच गए तो गड्डिया जरा उड़दियाँ छुड़दियाँ जा रही हैं तो फुल माहौल है तो बाबा जी ना पक्के इतने चौल है तो वेखना फिर की कुछ होता फिर तुम बहाने तो पूरे जो नज़ारे कराने पूरा भी लोग वेखना लाइक करना शेयर करना चैनल सबसक्राइब जरूर करना तो चलो फिर वेखना कौन जितना इन्होंने वक्री हारने चुकया मोटरसाइकिल आ गया और चेक करो वो डिग पिया जी एक डिग पिया जी मोटरसाइकिल तो वो चेक करो कि जम दे इंडिया छोड़ो इतने गड्डिया चेक करो वो ड्रोन चेक करो जी इतने लोग जाना फुल इंजॉय फुल माहौल फुल जाना इंजॉय कर रहे हैं फिर तुम भी इंजॉय करो रश पे रश पे रश पे इतने पाउडर 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 सुरगी पाउडर सुरगी पाउडर चाचा वेखी चाचा गया फिट फाट ठीक ठाक और सुना इथे जी ना जिहड़ा कोई नहा गया जिहड़ा कोई नहीं नहा गया सब बराबर ने इना पाउडर जो मेकअप भी नहीं कर गया मेकअप भी लग जाएगा जो नहीं नहा गया नहा तो जाएगा जो नहीं नहा गया तो अगे ही हो जाइए सब लैवल डेढ़ी भावन डेढ़ी भावन डेढ़ी भावन इना तो कम चेक करो रेस लगी तो ट्रैक दौरा ला आते हैं बाद चो भी अला ना करे कि जाना वादा घाटा हो तो फिर आने साढ़े मुंडिया साढ़े मुंडिया नहीं कसूर इन्हें कसूर है ना जीप रेली क्यों कटाई इतने गई भी जाना दूसरी साइड से जाना क्रॉस करके जाना हम आ गए असि आना नहीं सी सर काला कर आहो मैं तो ही उठे के लोग देखनी ही हां जे वगड़ जिला अंदर गया चलदी नहीं हो भाई औखा ही बैठा है दूजा तार जा आ गया ओ तेनू लाने तू लाई नहीं करोने आ मैं पी गया पीओ से लिए चस कराती पूरा करा गया देखो अगे हो तेरा मुंह चिटा करी हाय 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 मजा ही आ गया वेखी बच गया उस बंदे ने भी गड्डी में आना बाहर आना पे बड़ी मुश्किल सही बात है खुद हार गया बेचारा वो रेस मगर उसको बचा गया मेरी ऐसे लोग काफे ढंग ला पे मैं क्या गया ड्राइवर की हिम्मत जो है ना उन्हें बंदे को बचा लिया नहीं तो बंदा तो फुल टिंडी बाबा हो गया अज बजे जोर देना ताली मजा आ गया यम यम हो रहा बोल लेते
ਵੱਡੀ ਨਹੀਂ ਕੋਈ ਵੱਡੀ ਨਹੀਂ ਸਹੀ ਰਵੋ ਓਏ ਸਿੱਧੀ ਕਰਾਉਂਦੇ ਜੇ ਲੋਕੀ ਹੋਣ ਚਲੋ ਜੀ ਉਹ ਤੁਸੀਂ ਅੱਗੇ ਨੱਸ ਗਏ ਅੱਗੇ ਨੀ ਜਾਣਾ ਚਾਹੀਦਾ ਪਿੱਛੋਂ ਗੱਡੀ ਕੋਈ ਹੋਰ ਸਾਰੀ ਦੁਨੀਆ ਗਈ ਉਹਨਾਂ ਦੇ ਹੁੰਦਾ ਹੁਣ ਰਾਬਤਾ ਹੁੰਦਾ ਉਹਨਾਂ ਨੇ ਰੱਖਿਆ ਐਂਬੂਲੈਂਸ ਵਗੈਰਾ ਜਾਂ ਰੈਸਕਿਊ ਟੀਮ ਵੀ ਆ ਗਈ ਜੇ ਬਾਹਰ ਜਾਓ ਟੈਕਸੀ ਜਾ ਬਸ ਜ਼ਿੰਦਗੀ 'ਚ ਪਹਿਲੀ ਵਾਰ ਜਾਣਾ ਇਹੋ ਜਿਹਾ ਮਾਮਲਾ ਤਾਂ ਵੇਖਿਆ ਐਡਾ ਖਤਰਨਾਕ ਮਤਲਬ ਲਾਈਵ ਉਂਝ ਵੀਡੀਓ ਸ਼ੀਡੀਓ ਬੰਦਾ ਵੇਖਦਾ ਰਹਿੰਦਾ ਗੱਡੀਆਂ ਉਲਟ ਗਈਆਂ ਤੇ ਉਹਨਾਂ ਨੇ ਕਰੀ ਹਮਜ਼ਾ ਦੀਆਂ ਸੀ ਕੋਈ 7-8 ਹਜ਼ਾਰ ਵੀਡੀਓ ਹੋਣੀ ਹੈ ਹਾਂ ਵਿੱਚ 100 ਵੀਡੀਓ ਐਕਸੀਡੈਂਟ ਦੀ ਲਾਈਵ ਨਹੀਂ ਨਾ ਵੇਖਿਆ ਅੱਜ ਲਾਈਵ ਔਰ ਦੇਖਾ ਇਸ ਤੋਂ ਪਹਿਲੇ ਤਾਂ ਵਈ ਹੁੰਦਾ ਅੱਜ ਲਾਈਵ ਵੇਖਿਆ ਲਾਈਵ ਵੱਲੋਂ ਆਉਣਾ ਵਾ ਪਿਆ ਉਂਝ ਐਕਸੀਡੈਂਟ ਹੋਇਆ ਹੁੰਦਾ ਫੇਰ ਪਹੁੰਚਣਾ ਵਾ ਪਹਿਲੀ ਵਾਰ ਦੇਖ ਰਿਹਾ ਤੁਸੀਂ ਇੱਥੋਂ ਤਾਂ ਰੇਲੀ ਦੀ ਰੇਸ ਲੱਗਦੀ ਵੇਖ ਲਈ ਜਿੱਥੇ ਸਟਾਰਟ ਹੁੰਦੀਆਂ ਨਾ ਗੱਡੀਆਂ ਉੱਥੇ ਜਾਂਦੇ ਉੱਥੋਂ ਵੀ ਤਾਂ ਹੋ ਜਾਣਾ ਪਖਾਨੇ ਆ ਚਲੋ ਜੀ ਫਿਰ ਵਾਹ ਆ ਜੀ ਚੱਲਦਾ ਫਿਰਦਾ ਕੈਂਪ ਸਦਕੇ ਜਾਵਾਂ ਭਇਆ ਸੈਨ ਹੋ ਗਿਆ ਮੈਂ ਬਾੜੀ ਜਾਵਾਂ ਵੇਖੋ ਕਿੰਨੇ ਥੱਲੇ ਨਾ ਦੇ ਦਿਓ ਇੱਥੇ ਖਿਲਾ ਲਓ ਤੇਰੇ ਓਏ 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 ਇੱਥੇ ਜਾਂ ਚੈੱਕ ਕਰੋ ਜੀਪਾਂ ਦੀ ਲੈਣਾ ਹੀ ਲੈਣਾ ਲੱਗੀਆਂ ਇੱਥੋਂ ਜਾਣਾ ਓਏ 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 ਵਾਹ 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 ਇੱਥੋਂ ਜਾਣਾ ਹੁੰਦੀ ਜੇ ਜੀਪ ਰੇਲੀ ਸਟਾਰਟ ਇਹ ਜਾਣਾ ਗਈ ਜੇ ਇੱਥੋਂ ਗੱਡੀ ਫੁੱਲ ਫੰਡ ਟਾਈਮ ਨੂੰ ਇੱਥੇ ਜਿਹਨਾਂ ਇਹਨਾਂ ਮਸ਼ੀਨਾਂ ਮਸ਼ੀਨਾਂ ਲਾਈਆਂ ਫੁੱਲ ਜਿਹਨਾਂ ਨਾਲ ਪਤਾ ਚੱਲਦਾ ਕਿੰਨੀ ਸਪੀਡ ਸਪੂਡ 'ਚ ਆਉਂਦੀਆਂ ਹੁਣ ਉੱਥੋਂ ਜੀ ਘੁੰਮ ਘੁੰਮ ਕੇ ਆਉਣ ਨੂੰ ਆਏਗੀ ਕਿਆ ਕਹਿਣੇ ਕਿਆ ਕਹਿਣੇ ਕਿਆ ਕਹਿਣੇ ਸਾਲੇ ਮੋੜ ਸਾਲਾ ਮੋੜ ਆਈ ਲਾਈਕ ਟੂ ਬੀ ਐਜੂਕੇਟਡ ਓਏ 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 ਜਿੰਨੀਆਂ ਜੀਪਾਂ ਵੇਖ ਕੇ ਆਇਆ ਨਾ ਮੈਂ ਇਹ ਗੱਡੀ ਦਾ ਮਜ਼ਾ ਆਇਆ ਜੇ ਫੁੱਲ ਮਜ਼ਾ ਇਹ ਜੇ ਬਾਬਾ ਜੀ ਹੋਰੀ ਪਾਣੀ ਪੀਣ ਲੱਗੇ ਨਾ ਗਲਾਸ ਹੀ ਗਵਾ ਗਿਆ ਇੰਨਾ ਘਟਿਆ ਨਾ ਗਲੇ 'ਚ ਪੈ ਪਾ ਕੇ ਡੋਲਾ ਪਾ ਪਾ ਕੇ ਗਲਾ ਖੁਸ਼ਕ ਹੋ ਗਿਆ ਇਹ ਮੈਂ ਕਿਹਾ ਪਾਣੀ ਤਾਂ ਰੇਲ ਲੱਗ ਗਈ ਨਾਲੇ ਪਾਣੀ ਪੀਏ ਇੱਥੇ ਰੇਤਲਾ ਲੱਗ ਗਿਆ ਅਤੇ ਮੂੰਹ ਖੁਸ਼ਕ ਹੋ ਜਾਂਦਾ ਜਲਦੀ ਬਿਸਮਿਲਲਾ ਹੁਣ ਜੇ ਆ ਨਾ ਇਹ ਗੱਡੀ ਜਾਣੀ ਜੇ ਕਰੋ 125 ਚੱਲੀ ਜੇ 125 ਇਹਦਾ ਨਾਂ ਜੇ ਆਪਣਾ ਫਿਰ 125 ਨਿਕਲਣ ਵਾਸਤੇ ਰੈਡੀ ਹੈ ਤੂੰ ਵੇਖ ਨਾ ਕਿੰਨੀ ਕੁ ਤੇਜ਼ ਜਾਂਦਾ ਅਤੇ ਕਿੰਨੀ ਜਲਦੀ ਜਾਂਦਾ ਉਹ ਜੀ ਗਿਆ ਤੁਹਾਡਾ 125 ਫਾਂਡਾ ਡੈਮ ਹੀ ਹੋਇਆ ਬਹੁਤ ਹੀ ਜਲਦੀ ਹੋਇਆ ਜੀ ਭਾਈ ਅੱਜ ਤਾਂ ਜਿਹਾ ਨਾ ਆਪਣਾ ਹੀ ਜਸ਼ਨ ਸ਼ੁਰੂ ਕੀਤਾ ਇਹਦਾ ਢੋਲਿਆਂ ਰੇਲੀ ਛੱਡ ਕੇ ਜਾਣਦੇ ਹਾਂ ਗੱਡੀ ਇੱਕ ਹੋਰ ਜਾਏ ਉਸ ਨੂੰ ਆਈ ਅਤੇ ਉਹ
ਲੱਗਦਾ ਕੋਈ ਹਾਦਸਾ ਹੋਰ ਹੋ ਗਿਆ ਚੱਲ ਖਿਆਲ ਕਰੇ ਬਾਕੀ ਜਾਂ ਫਿਰ ਵਾਪਸ ਆਇਆ ਹੁਣ ਵੇਖਦੇ ਹਾਂ ਇਹ ਵਾਲੀ ਗੱਡੀ ਦਾ ਜਿਹੜਾ ਟਾਇਰ ਪਾਟ ਗਿਆ ਅੱਜ ਅਤੇ ਗੱਡੀ ਖਾ ਗਈ ਇੱਥੇ ਹੈ ਨਹੀਂ ਅਸੀਂ ਜਿਹਾ ਤੁਰ ਗਏ ਹਾਂ ਅਤੇ ਹੁਣ ਟਾਇਰ ਪਾਟ ਹੈ ਗੱਡੀ ਦੀ ਜਿਹੜਾ ਹਾਲ ਅਜਾ ਕਰੋ ਕਹਿੰਜ ਖਰਾਬ ਹੋ ਗਈ ਜੇ ਅਜਾ ਕਰੋ ਹੋਇਆ ਦਰਵਾਜ਼ਾ ਚੈੱਕ ਕਰੋ ਕਿਧਰ ਕਿਧਰ ਲੈ ਜਾ ਉਹ ਉਸ ਗਾੜੀ ਵਿੱਚ ਰੱਖਣੇ ਲੱਗੇ ਚੱਲ ਕਰ ਨਾ ਕਹੀਂ ਔਰ ਨਹੀਂ ਨਿਕ ਜਾਵਾ ਹਾਲ ਚੈੱਕ ਕਰੋ ਕਿਹੋ ਜੀ ਹੋ ਗਈ ਇਹ ਛੀਲ ਤੇ ਕਿਧਰ ਹੈ ਉਹ ਆ ਰਹਿ ਨਾ ਨਹੀਂ ਬ੍ਰੈਸਟ ਨਹੀਂ ਵੀ ਅੱਗੇ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਨਾ ਉਹ ਤਾਂ ਜਿਹੜਾ ਨੇੜਿਓ ਜਾ ਕੇ ਨਹੀਂ ਵੇਖੀ ਅਤੇ ਇਹ ਜਿਹੜਾ ਸਹੀ ਨੇੜਿਓ ਮਤਲਬ ਝੂਮੜੀ ਇੱਕ ਹਿਸਾਬ ਦਾ ਬਣ ਗਿਆ ਬਾਕੀ ਇਹਨਾਂ ਬਚ ਬਚਾਅ ਹੋ ਗਿਆ ਲਾਲਾ ਸ਼ੁਕਰ ਗੱਡੀ 'ਤੇ ਕੰਮ ਖਰਾਬ ਹੋ ਗਿਆ ਡਰਾਈਵਰ ਹੁਣ ਪਤਾ ਨਹੀਂ ਕਿਹੜਾ ਸੀ ਡਰਾਈਵਰ ਤਾਂ ਲੱਭਣ ਕੋਈ ਨਹੀਂ ਦੇ ਇਹਦਾ ਇਹੋ ਜਿਹੇ ਨੇ ਜਿਹੜੇ ਭਾਈ ਜਿਹੜੇ ਬੈਠੇ ਨੇ ਹੁਣ ਪਰਾਂ ਕਰਨ ਲੱਗੇ ਨੇ ਫੇਰ ਇਹਨੂੰ ਇੱਕ ਸਾਈਡ ਵਾਲੇ ਦੋਵੇਂ ਟਾਇਰ ਜਿਹਾ ਨਾ ਫੁੱਲ ਬਲਾਸਟ ਹੋ ਗਏ ਨੇ ਮਤਲਬ ਇੱਥੇ ਹੁੰਦੇ ਫਿਰ ਚਲੋ ਵੀਡੀਓ ਬਣ ਜਾਏ ਪਰ ਅਸੀਂ ਹੈ ਇੱਧਰ ਦੂਰ ਆ ਮਗਰ ਚਲੋ ਅੱਲਾ ਖਿਆਲ ਕਰੇ ਬਚ ਬਚਾਈ ਜਾਣਾ ਹੋ ਗਿਆ ਅਤੇ ਹੁਣ ਗੱਡੀ ਪਹਿਲਾਂ ਕਰਦੀ ਜਾਵੇ ਫਿਰ ਜੀਪ ਲੈ ਲਈ ਫਿਰ ਜਾਣਾ ਸ਼ੁਰੂ ਹੋ ਜਾਂਦੀ ਇਹ ਜੀ ਪਹਿਲੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਦੂਸਰੀ ਚੌਥੀ ਇੱਥੇ ਜਿਹਾ ਸਾਡੀ ਗੱਡੀ ਫਸ ਗਈ ਅੱਗੋਂ ਵੀ ਆ ਗਈ ਹੈ ਜੀ ਅਜਵਨ ਤੁਹਾਡਾ ਗੇਟ ਹੈ ਪਹਿਲੀ ਢਿੰਡੀ ਪਾਪਾ ਹੋ ਗਈ ਹੈ ਚਲੋ ਜੀ ਭਾਈ ਜੀਪ ਰਿਹਾ ਜਿਹੜਾ ਵਲੋਗ ਕਿਸਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਅਸੀਂ ਜਿਹੜਾ ਇੱਥੇ ਆ ਕੇ ਕੀਤੀ ਅੱਗੇ ਕੈਂਪਿੰਗ ਮੈਂ ਕੈਂਪਿੰਗ ਦਾ ਵੱਖਰਾ ਵਲੋਗ ਬਣਾਉਣੇ ਆ ਤੁਹਾਡੇ ਨਾਲ ਸ਼ੇਅਰ ਕਰਨੇ ਆ ਅਤੇ ਜੇ ਨਾ ਕੈਂਪਿੰਗ ਵਾਲਾ ਵਲੋਗ ਵੀ ਵੇਖਿਓ ਤਾਂ ਲਾਈਕ ਕਰੋ ਸ਼ੇਅਰ ਕਰਿਓ ਅਤੇ ਅੱਜ ਸੁਬਾਹ ਜਾਣਾ ਫਿਰ ਲੰਮੀ ਰੇਸ ਹੋਣੀ ਆ ਅੱਜ ਛੋਟੀ ਸੀ ਨਾ ਅਤੇ ਵੱਡੀ ਰੇਸ ਦਾ ਵੀ ਤੁਹਾਡਾ ਵਲੋਗ ਬਣਾਵਾਂਗੇ ਪੂਰਾ ਇੰਜੋਏ ਕਰਨਾ ਫੁੱਲ ਸ਼ੁਕਰ ਮੇਰਾ ਲਾਵਾਂਗੇ ਅੱਜ ਲੋਕਾਂ ਨੇ ਤੁਹਾਡੇ ਇਨਸਾਨ ਨੂੰ ਸੁਭਾਣਾ ਚਲੋ ਜੇ ਫਕੀਰਾਂ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾ ਹਾਫਿਜ਼ ਬਾਏ ਬਾਏ ਟਾਟਾ